ਬਸ ਜੀ, ਸਵੇਰ ਤੋਂ ਸ਼ਾਮ ਤੱਕ ਲੋਕਾਂ ਦੇ ਕੱਪੜੇ ਫਾੜਦਾ ਰਹਿੰਦਾ। ਕੱਪੜੇ? ਮੈਂ ਸਮਝਿਆ ਨਹੀਂ। ਆਹ ਵਈ, ਅਸਾਂ ਇਸਨੂੰ ਕੱਪੜੇ ਦੀ ਦੁਕਾਨ ਖੋਲ ਕੇ ਦਿੱਤੀ ਹੋਈ ਹੈ। ਸਾਡਾ ਕਾਕਾ ਤੇ ਜਿੰਦਿਆਂ ਦੇ ਵੀ ਕੰਮ ਆਉਂਦਾ ਹੈ ਤੇ ਮਰਿਆਂ ਦੇ ਵੀ। ਉਹ ਕਿਵੇਂ? ਉਹ ਜੀ, ਸਾਡੇ ਕਾਕੇ ਦੀ ਕਫਨ ਦੀ ਸਪੈਸ਼ਲਿਟੀ ਹੈਗੀ ਨਾ ਜੀ। ਫਿਰ ਤਾਂ ਇਹਨਾਂ ਦੀ ਦੁਕਾਨ ਬਹੁਤ ਚੱਲਦੀ ਹੋਣੀ ਹੈ, ਜਿਨ੍ਹਾਂ ਦੇ ਛਾਪੇ ਮਾਰਦੇ ਆ ਅੱਧੇ ਤਾਂ ਹਾਰਟ ਅਟੈਕ ਨਾਲ ਹੀ ਮਰ ਜਾਂਦੇ ਹੋਣੇ। ਵੈਰੀ ਫਨੀ। ਹੈਲੋ ਜੀ, ਪ੍ਰੀਤੀ ਆ ਗਈ। ਇਹ ਕੋਲੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਇਹ ਉਹਨਾਂ ਦਾ ਕਾਕਾ ਜੀ ਦਾ ਵਿਆਹ ਹੋਣਾ। ਇਹ ਬਾਕੀ ਦਾ ਕਿੱਥੇ ਹੈ? ਬਾਕੀ ਦਾ ਕੱਪੜੇ ਥਾਂ ਅੰਗਰ ਪਹਿਲੇ ਧੋ ਜੀ ਸ਼੍ਰਿੰਕ ਹੋ ਗਿਆ ਸੀਗਾ। ਵੈਸੇ ਭੈਣ ਜੀ, ਇਹ ਮਾਡਲ ਦਾ ਨਾਂ ਕੀ ਹੈ? ਕੋਲੀ ਹੈ ਤੇ ਇਹ ਵੀ ਕੋਲੀ ਨੇ ਤੇ ਸਾਡੇ ਘਰ ਵਿੱਚ ਸਾਰੇ ਕੋਲੀ ਨੇ। ਭਈਆ, ਤੁਸਾਂ ਦਾ ਘਰ ਤੇ ਬਹੁਤ ਵਧੀਆ ਤੇ ਵੱਡਾ ਹੈਗਾ ਜੀ। ਹੁਣ ਦੇਖੋ ਨਾ, ਏਡੇ ਵੱਡੇ ਅਫਸਰਾਂ ਦੇ ਸਾਡੇ ਘਰ ਚਰਨ ਪੈ ਗਏ, ਵੱਡਾ ਤਾਂ ਆਪ ਹੀ ਹੋਣਾ ਹੈ ਜੀ। ਬਿਲਕੁਲ ਬਿਲਕੁਲ। ਪ੍ਰੀਤੀ, ਜਾਓ ਇਹਨਾਂ ਨੂੰ ਆਪਣਾ ਘਰ ਦਿਖਾਓ। ਇਹਨਾਂ ਨੂੰ ਕਿਵੇਂ ਵਿਖਾਵਾਂ? ਕਰਨਾ ਕੀ ਹੈ, ਚਾਬੀ ਦੇ ਕੇ ਕਮਰਿਆਂ ਛੱਡ ਦਿਓ। ਮੈਂ ਇਹਨਾਂ ਲਈ ਪ੍ਰੈਮ ਲੈ ਕੇ ਆਉਣੀ ਹੈ। ਬੜੀ ਹਸਮੁਖ ਹੈ ਜੀ ਕੁੜੀ ਸਾਡੀ। ਇਹ ਕਿਤੇ ਹੱਸਾਂ ਦੇ ਕਾਕੇ ਉੱਤੇ ਤਾਂ ਨਹੀਂ ਹੱਸ ਰਹੀ ਹੈਗੀ ਜੀ? ਨਹੀਂ ਜੀ ਨਹੀਂ, ਅਸੀਂ ਐਕਸਰਸਾਈਜ਼ ਵਾਲਿਆਂ ਤੇ ਹੱਸ ਕੇ ਮਰਨਾ। ਠੀਕ ਆਖਿਆ ਨੇ, ਜਦੋਂ ਐਕਸਰਸਾਈਜ਼ ਵਾਲੇ ਹੱਸਦੇ ਹੈਗੇ ਨੇ ਨਾ, ਤੇ ਬਾਕੀ ਸਭ ਰੋਂਦੇ ਹੁੰਦੇ ਜੇ। ਦੇਖੋ ਭੈਣ ਜੀ, ਸਾਨੂੰ ਤੇ ਕੋਈ ਲਾਲਚ ਨਹੀਂ, ਸਾਨੂੰ ਤੇ ਤੁਸੀਂ ਤਿੰਨ ਕੱਪੜਿਆਂ 'ਚ ਕੁੜੀ ਦੇ ਦਿਓ। ਬਿਲਕੁਲ ਭਾਈ, ਅਸਾਂ ਨੂੰ ਕੋਈ ਲਾਲਚ ਨਹੀਂ ਹੈਗਾ। ਬਾਕੀ ਇਹ ਹੈ ਕਿ ਅਸਾਂ ਕੱਪੜੇ ਦੀ ਦੁਕਾਨ ਖੋਲ ਕੇ ਦਿੱਤੀ ਹੋਈ ਹੈ ਲੜਕੇ ਨੂੰ, ਤੇ ਹੁਣ ਉਹ ਮਿਲ ਲਗਾ ਰਿਹਾ ਹੈ ਫੈਕਟਰੀ ਕੱਪੜੇ। ਅਗਰ 1-2 ਕਰੋੜ ਰੁਪਇਆ ਤੁਸੀਂ ਲਗਾ ਦਿਓਗੇ ਤੇ ਤੁਸਾਂ ਦੀ ਲੜਕੀ ਐਸ਼ ਕਰੇਗੀ ਨਾ ਫੈਕਟਰੀ ਦੀ ਮਾਲਕ ਬਣ ਕੇ। ਕਰੋੜ ਦੀ ਕਿਹੜੀ ਗੱਲ ਹੈ, ਉਹ ਤਾਂ ਕਰਨਾ ਹੀ ਪਊਗਾ, ਐਡੇ ਵੱਡੇ ਅਫਸਰ ਹੈ। ਪਰ ਥੋੜੀ ਜਿਹੀ ਇੱਕ ਪ੍ਰੋਬਲਮ ਹੈ। ਪ੍ਰੋਬਲਮ ਨੂੰ ਛੱਡੋ ਭਾਈ ਸਾਹਿਬ, ਤੁਸੀਂ ਇੰਨੀ ਵਧੀਆ ਜੋੜੀ ਲੱਗੂਗੀ ਤੇ ਕੁੜੀ ਸ਼ਾਪਿੰਗ ਲਈ ਜਾਊਗੀ, ਫਿਲਮਾਂ ਵੇਖਣ ਜਾਊਗੀ, ਕਿੱਟੀ ਪਾਰਟੀ ਜਾਊਗੀ, ਇੱਕ ਵਧੀਆ ਜੀ ਲੰਬੀ ਜਿਹੀ ਗੱਡੀ ਹੋਣੀ ਚਾਹੀਦੀ। ਬਿਲਕੁਲ ਠੀਕ ਜੀ, ਕੋਈ BMW ਹੋਵੇ, ਕੋਈ ਮਰਸੀਡੀਜ਼ ਹੋਵੇ, ਕੋਈ ਅੱਛੀ ਜਿਹੀ ਟੋਯੋਟਾ ਹੋਵੇ ਚਮਚਮਾਂਦੀ ਹੋਈ। ਪਾਪਾ ਜੀ, ਤੁਸੀਂ ਮੇਰਾ ਵਿਆਹ ਤਾਂ ਕਰਾਓ, ਮੈਂ ਤਾਂ ਸਾਈਕਲ ਵਾਲੇ ਕੰਮ ਚਲਾ ਲੂੰਗਾ। ਓਏ ਬੇਰ ਦੀ ਕਿਟਾ, ਸ਼ਟ ਅਪ। ਵੈਸੇ ਨਾ ਇੱਕ ਪ੍ਰੋਬਲਮ ਹੈ ਛੋਟੀ ਜਿਹੀ। ਸਾਰੀਆਂ ਪ੍ਰੋਬਲਮਸ ਮੁੱਕ ਜਾਣੀਆਂ, ਤੁਸੀਂ ਮੁੰਡਾ ਤੇ ਕੁੜੀ ਨੂੰ ਇੱਕ ਕੋਠੀ ਲੈ ਦਿਓ। ਹਾਂ ਜੀ ਹਾਂ, ਜਦੋਂ ਲੜਕਾ ਤੇ ਲੜਕੀ ਤੁਸਾਂ ਦੇ ਵਿੱਚ ਹੀ ਨਹੀਂ ਰਹਿਣਗੇ ਤੇ ਫਿਰ ਕੀ ਪ੍ਰੋਬਲਮ ਖੜੀ ਹੋਵੇਗੀ ਜੀ? ਪਰ ਪ੍ਰੋਬਲਮ ਤਾਂ ਉੱਥੇ ਦੀ ਉੱਥੇ ਖੜੀ ਹੈ ਨਾ। ਕਮਾਲ ਹੈਗੀ ਜੀ, ਬਈ ਅਸਾਂ ਦੇ ਹੁੰਦਿਆਂ ਇਤਨੀ ਵੱਡੀ ਕੀ ਪ੍ਰੋਬਲਮ ਬਾਕੀ ਰਹਿ ਗਈ ਹੈ? ਪ੍ਰੋਬਲਮ ਇਹ ਹੈਗੀ ਕਿ ਸਾਡੀ ਕੁੜੀ ਦੇ ਆਲਰੇਡੀ 3 ਵਿਆਹ ਹੋ ਚੁੱਕੇ ਨੇ। ਹਾਂ ਵਿਆਹ? ਉਹ ਤਿੰਨੋਂ ਵਾਰ ਜਿਸ ਮੁੰਡੇ ਨਾਲ ਕੁੜੀ ਦਾ ਵਿਆਹ ਹੋਇਆ ਨਾ ਜੀ, ਉਹਨਾਂ ਦੇ ਮਾਂ ਪਿਓ ਹਫ਼ਤੇ ਅੰਦਰ ਹੀ ਮਰ ਗਏ। ਕੋਈ ਗੱਲ ਨਹੀਂ, ਮੈਂ ਫਿਰ ਵੀ ਕੰਮ ਚਲਾ ਲੂੰਗਾ। ਉਹ ਚੁੱਪ ਹੋਏ, ਅਸਾਂ ਨਾ ਕਾਤਲ ਪਿਆ ਬੰਨਾ ਹੈਗਾ। ਨਹੀਂ ਨਹੀਂ ਕੋਈ ਗੱਲ ਨਹੀਂ ਜੀ, ਸਾਡੀ ਜੋਤਿਸ਼ ਨਾਲ ਗੱਲ ਚੱਲ ਰਹੀ ਹੈ, ਸ਼ਾਇਦ ਕੋਈ ਉਪਾਅ ਕਰਾ ਲਈਏ ਅਸੀਂ। ਆਪਾਂ ਮਰਨਾ ਨਹੀਂ ਹੈ, ਉੱਠੋ ਤੁਸੀਂ। ਨਾ ਜੀ ਨਾ, ਅਸਾਂ ਉਸ ਲੜਕੀ ਦੇ ਨਾਲ ਬਿਲਕੁਲ ਆਪਣੇ ਚੰਨ ਵਰਗੇ ਪੁੱਤਰ ਦਾ ਵਿਆਹ ਨਹੀਂ ਕਰਨਾ ਜਿਸ ਦੇ ਪਹਿਲੇ 3 ਵਿਆਹ ਹੋ ਚੁੱਕੇ। ਉਹ ਛੱਡੋ ਯਾਰ, ਇਹਦੀਆਂ ਗੁਲਾਬ ਜਾਮਨਾ, ਚੱਲ ਅਸੀਂ ਤੁਹਾਨੂੰ ਕੋਠੀ ਦੇ ਦੇਵਾਂਗੇ। ਕੈਸ਼ ਦੇ ਦਾਂਗੇ ਤੁਹਾਨੂੰ। ਮਾਫ ਕਰੋ, ਨਾ ਜੀ ਨਾ, ਉਹ ਗੱਲ ਤਾਂ ਸੁਣ ਲਓ। ਬਹੁਤ ਸ਼ੁਕਰ ਮੰਨਦਾ ਤੁਹਾਨੂੰ ਦੇ ਮਗਰ ਕੁੱਤਾ ਪੈ ਗਿਆ, ਜਾ ਕੇ ਦੇਖ ਕੇ ਸਹੀ। ਹਾਏ, ਕੀ ਹੋ ਰਿਹਾ? ਜ਼ਹਿਰ ਖਾ ਰਹੀ ਆ। ਬਰਗਰ ਚ ਪਾ ਕੇ? ਕਿਉਂ, ਬਰਗਰ ਚ ਜ਼ਹਿਰ ਖਾਣਾ ਮਨਾ ਹੈ? ਨਹੀਂ, ਮਤਲਬ ਬੰਦਾ ਕਿਸੇ ਮਿੱਠੀ ਚੀਜ਼ ਪਾ ਕੇ ਖਾ ਲੇ, ਸੁਣਿਆ ਜ਼ਹਿਰ ਕੋਲਾ ਹੁੰਦਾ ਹੈ। ਤੂੰ ਨਾ ਬਸ ਗੱਲਾਂ ਹੀ ਕਰੀ ਜਾਈ, ਉੱਤੇ ਮੇਰੇ ਮੰਮੀ ਡੈਡੀ ਨੇ ਮੇਰਾ ਰਿਸ਼ਤਾ ਕਿਤੇ ਹੋਰ ਕਰ ਦੇਣਾ। ਕਿਹੋ ਜਿਹੇ ਮੰਮੀ ਡੈਡੀ ਰੱਖੀ ਆ ਤੁਸੀਂ ਯਾਰ, ਉਹਨਾਂ ਦੀ ਆਪਣੀ ਗੱਲ ਤਾਂ ਪੱਕੀ ਹੈ ਨਹੀਂ, ਔਰ ਤੇਰੀ ਗੱਲ ਪੱਕੀ ਕਹਿੰਨੂੰ ਕਾਲੇ ਪਈ ਜਾਂਦੇ ਨੇ। ਉਹਨਾਂ ਨਾਲ ਵੀ ਗੱਲ ਕਰਨੀ ਪੈਣੀ ਹੈ। ਕੌਣ ਕਰੂ, ਤੇ ਇੱਥੋਂ ਤਾਂ ਹੋਣੀ ਨਹੀਂ। ਮੇਰੇ ਡੈਡੀ ਜੀ, ਡੈਡੀ ਜੀ ਦੀ ਗ੍ਰੇਟ। ਪਰ ਤੇਰੇ ਡੈਡੀ ਤਾਂ ਕੈਨੇਡਾ ਨੇ ਨਾ। ਬਸ ਹੁਣੇ ਫੋਨ ਕੀਤਾ, ਆਏ ਲੈ ਚਰਾਹਟ ਫਿਰ ਉਹਨਾਂ ਨੂੰ ਛੇਤੀ ਬੁਲਾ ਲੈ, ਹੈ ਤੂੰ ਪਹਿਲਾਂ ਕੋਈ ਕਮਲਾ ਮੇਰੇ ਡੈਡੀ ਮੇਰੇ ਬੱਲੇ ਪਾ ਦੇਣ। ਮਤਲਬ ਤੇਰਾ ਵਾ ਅੱਜ ਕੱਲ ਪਾਗਲਾਂ ਨਾਲ ਪੈ ਰਿਹਾ? ਹਾਏ ਪੁੱਛਣਾ, ਜਿੰਨੇ ਚੱਲੇ ਮੇਰੇ ਬੱਲੇ। ਕਮਲ, ਆ ਪ੍ਰੀਤੀ ਕਿੱਥੇ? ਉਹਦੇ ਕੋਲ ਫਾਰਮ ਸਾਈਨ ਕਰਾਉਣਾ ਹੈ। ਫਾਰਮ? ਕਿਸ ਚੀਜ਼ ਦਾ ਫਾਰਮ? ਉਹਦੇ ਪਾਸਪੋਰਟ ਦੇ ਫਾਰਮ ਹੈ, ਤੇ ਨਾਲ ਮੈਨੂੰ ਦੱਸ ਮੈਂ ਉਹਦੇ ਫਾਦਰ ਨੇਮ 'ਚ ਕੀ ਲਿਖਾਂ। ਕੀ ਮਤਲਬ, ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ? ਸ਼ੱਕ ਤੇਰੇ ਤੇ ਨਹੀਂ, ਇਹ ਤਾਂ ਮੈਂ ਆਪਣੇ ਸਪੈਲਿੰਗਸ ਤੇ ਕਰ ਰਿਹਾ। ਮੈਨੂੰ ਯਾਦ ਨਹੀਂ ਆ ਰਿਹਾ ਕਿ ਮੈਂ ਮਹਿੰਦਰ ਸਿੰਘ 'ਚ MA ਲਿਖਦਾ ਕਿ MO ਲਿਖਦਾ। ਸਾਰੀ ਜ਼ਿੰਦਗੀ ਬੀਤ ਗਈ, ਤੁਹਾਨੂੰ ਮਹਿੰਦਰ ਸਿੰਘ ਲਿਖਣਾ ਨਹੀਂ ਆਇਆ, MA ਲਿਖਦਾ ਹੁੰਦਾ। ਇੱਕ ਮਿੰਟ, ਮੈਂ ਆਪਣੀ ਕੁੜੀ ਨੂੰ ਬਾਹਰ ਨਹੀਂ ਜਾਣ ਦੇਣਾ, ਬਸ। ਕਿਉਂ, ਬਾਹਰ ਨੂੰ ਠੰਡ ਨਾਲ ਨਮੋਨੀਆ ਹੋ ਜਾਏਗਾ। ਬਾਹਰ ਜਾ ਕੇ
ਲੋਕੀ ਭੁੱਲ ਜਾਂਦੇ ਨੇ, ਉਹ ਕਦੇ ਫਿਰ ਵਾਪਸ ਹੀ ਨਹੀਂ ਆਉਂਦੇ। ਉਹ ਜੇ ਤੂੰ ਉਸ ਸਚਦੇਵੇ ਬਾਰੇ ਸੋਚ ਰਹੀ ਆ ਨਾ, ਮੈਂ ਤੇਰਾ ਗਲਾ ਘੋਟ ਦੂੰਗਾ। ਅੱਛਾ ਬਾਬਾ, ਅੱਛਾ ਜੇ ਤੁਸੀਂ ਕਹਿੰਦੇ ਤਾਂ ਨਹੀਂ ਸੋਚਦੇ। ਓਕੇ ਓਕੇ, ਰਿਲੈਕਸ। ਓਹ ਪ੍ਰੀਤੀ, ਤੂੰ ਆ ਹੀ ਗਈ ਆ। ਹਾਂਜੀ, ਇਹ ਜਿਹੜਾ ਫਾਰਮ ਤੇ ਸਾਈਨ ਕਰ ਦੇ। ਆ ਕੀ ਹੈ ਡੈਡੀ? ਤੇਰੇ ਪਾਸਪੋਰਟ ਦਾ ਫਾਰਮ ਹੈ। ਉਹਦੇ ਡੈਡੀ ਮੈਂ ਪਹਿਲਾਂ ਹੀ ਭਰਤਾ, ਤੂੰ ਪਾਸਪੋਰਟ ਲਈ ਕਿਉਂ ਅਪਲਾਈ ਕੀਤਾ? ਤੇ ਮੰਮੀ, ਮੈਂ ਮਾਰ ਜਾ ਕੇ MBA ਕਰਨੀ ਹੈ, ਹਲੇ ਹੁਣ ਨੂੰ ਤਾਂ ਪੁਲਿਸ ਇਨਕੁਆਇਰੀ ਵੀ ਆਉਣ ਵਾਲੀ ਹੋਣੀ ਹੈ। ਪੜ੍ਹਾਈ ਵਾਸਤੇ ਤਾਂ ਠੀਕ ਹੈ, ਪਰ ਵਿਆਹ ਵਾਸਤੇ ਨਹੀਂ ਜਾਣਾ ਬਾਹਰ। ਚਲੋ ਇੱਕ ਵਾਰ ਪਾਸਪੋਰਟ ਤਾਂ ਬਣਨ ਦੋ, ਵਿਆਹ ਦੇ ਕੰਮ ਆਉਂਦਾ, ਪੜ੍ਹਾਈ ਦੇ ਕੰਮ ਆਉਂਦਾ, ਬਾਅਦ ਚ ਦੇਖੀ ਜਾਏਗੀ। ਪਤਾ ਨਹੀਂ ਕੌਣ ਆ ਗਿਆ। ਉਹ ਜਾ ਕੇ ਪਤਾ ਕਰ, ਉਹਨੇ ਘੰਟੀ ਮਾਰ ਮਾਰ ਕੇ ਨਾ ਤੁਹਾਡਾ ਮੀਟਰ ਛਾੜ ਦੇਣਾ। ਉਹ ਸੁਣ, ਅਗਰ ਕੋਈ ਰਿਸ਼ਤੇ ਵਾਲਾ ਹੋਇਆ ਨਾ, ਤੇ ਉਹਨੂੰ 100 ਰੁਪਇਆ ਦੇ ਕੇ ਉੱਥੇ ਛੁਆਰਾ ਖਵਾ ਦੇ। ਕੀ? Oh God, sick people. ਕਮਾਲ ਦੀ ਗੱਲ ਹੈ, ਭਲਾਈ ਦਾ ਜ਼ਮਾਨਾ ਹੀ ਨਹੀਂ ਰਹਿ ਗਿਆ। ਹਾਂਜੀ ਜੀ, ਮੈਂ ਪੁੱਛੂ ਮਹਿੰਦਰ ਬਾਬੂ ਦਾ ਘਰ ਇਹੀ ਹੈ? ਗੱਲ ਸੁਣੋ ਜੀ, ਪੁਲਿਸ ਆਈ ਹੈ। ਪੁਲਿਸ? ਏਦਾਂ ਕਰ, ਕੁੰਡ ਕੱਢ ਲੈ ਤੇ ਜਿਹੜਾ ਕੀਮਤੀ ਸਮਾਨ ਆ ਲਕੋ ਲੈ। ਮਜ਼ਾਕ ਕਰ ਰਹੇ, ਮਜ਼ਾਕ। ਓ ਅੱਛਾ ਅੱਛਾ, ਪ੍ਰੀਤੀ ਦੇ ਪਾਸਪੋਰਟ ਦੀ ਇਨਕੁਆਇਰੀ ਲਈ ਆਏ ਹੋਣੇ। ਬੜੇ ਮਜ਼ਾਕੀਆ ਹੈ ਸਾਹਿਬ। ਮਾਈ ਸੈਲਫ ਮਹਿੰਦਰ ਸਿੰਘ ਡੈਡੀ, ਮਾਈ ਸੈਲਫ ਅਨਿਲ ਕੁਮਾਰ ਜਮਾਈ। ਜਮਾਈ? ਕਿਹਦਾ ਜਮਾਈ? ਬਈ ਜੈਸੇ ਹਬ ਡੈਡੀ, ਹਮ ਜਮਾਈ। ਆਈਏ ਜੀ, ਬੈਠੀਏ। ਕਾਮ ਧੰਦੇ ਕੀ ਬਾਤ ਕਰ ਲੈ ਜੀ, ਆਪਕਾ ਕਾਮ ਧੰਦਾ ਕਿਆ? ਬਸ ਜੀ, ਇੰਪੋਰਟ ਐਕਸਪੋਰਟ ਦਾ ਕੰਮ ਹੈ ਜੀ, ਲੱਖਾਂ ਦਾ ਬਿਜ਼ਨਸ ਹੈ, ਕਰੋੜਾਂ ਦਾ ਰਿਸਕ ਹੈ। ਫਿਰ ਤਾਂ ਬੜੀ ਮੋਟੀ ਕਮਾਈ ਹੋ ਗਈ ਜੀ। ਮੇਰਾ ਮਤਲਬ ਜੀ, ਆਪਕੇ ਬੱਚੇ ਕਿਤਨੇ? ਬਸ ਜੀ, ਇਕਲੌਤੀ ਬੇਟੀ ਹੈ, ਝਿੜਕਾਂ ਦੇ ਕੇ ਪਾਲਿਆ। ਦੇਖੋ ਜੀ, ਮੈਨੇ ਤਾਂ ਕਾਫੀ ਕੁਛ ਪੁੱਛ ਲਿਆ, ਅਬ ਆਪ ਵੀ ਕੁਛ ਮੇਰੇ ਬਾਰੇ ਮੈਂ ਪੁੱਛੀਏ ਨਾ। ਤੁਹਾਡੇ ਬਾਰੇ ਹੁਣ ਕੀ ਪੁੱਛਣਾ ਜੀ, ਤੁਸੀਂ ਬੜੇ ਸ਼ਰੀਫ ਜਿਹਾ ਅਫਸਰ ਲੱਗਦੇ ਆ, ਮੈਨੂੰ ਲੱਗਦਾ ਇਹਨੂੰ 100 ਰੁਪਇਆ ਦਿਓ, ਗੱਲ ਬਣ ਗਈ ਲੱਗਦੀ ਆਪਣੀ। ਇੱਕ ਰੁਪਿਆ ਔਰ ਮਿਲ ਜਾਂਦਾ ਨਾ, ਤੋ ਰਿਸ਼ਤਾ ਪੱਕਾ ਹੋ ਜਾਂਦਾ ਜੀ। ਰਿਸ਼ਤਾ? ਕਿਹੜਾ ਰਿਸ਼ਤਾ? ਭਾਈ ਮੈਂ ਤਾਂ ਯਹਾਂ ਇਸੀ ਕਾਮ ਕੇ ਲਈ ਆਇਆ ਹੂੰ। ਓ ਭਾਈ, ਮੁਝੇ ਤੋ ਸੁਸਰੇ ਆਵਾਰਾ ਨੇ ਭੇਜਾ ਹੈ, ਆਪਕੀ ਲੜਕੀ ਕੋ ਦੇਖਨੇ ਕੇ ਲੀਏ। ਮਰ ਜਾਣਾ, ਤੈਨੂੰ ਹਰਿਆਣੇ ਚ ਕੋਈ ਕੁੜੀ ਨਹੀਂ ਮਿਲੀ? ਓ ਜੀ, ਲੜਕੀਆਂ ਤਾਂ ਬਹੁਤ ਹੈ, ਬਾਤੇ ਤਾਂ ਬਹੁਤ ਚੱਲ ਰਹੀ ਹੈ, ਪਰ ਮੈਂ ਜੀ ਨੈਸ਼ਨਲ ਇੰਟੀਗ੍ਰੇਸ਼ਨ ਮੈਂ ਬਿਲੀਵ ਕਰਤਾ ਹੂੰ ਜੀ। ਦੇਖੋ ਬਾਤੇ ਚੱਲ ਰਹੀ ਹੈ ਸ਼੍ਰੀਨਗਰ ਮੈਂ, ਕੇਰਲਾ ਮੈਂ। ਤੇ ਫਿਰ ਇੱਥੇ ਕਰੇਲਾ ਲੈਣਾ ਹੈ? ਇੱਕ ਵਾਰ ਫਿਰ ਸੋਚ ਲਓ ਮਾਤਾ ਜੀ, ਮੇਰੀ ਤਨਖਾਹ ਬਹੁਤ ਅੱਛੀ ਹੈ ਔਰ ਉੱਪਰ ਕੀ ਕਮਾਈ ਵੀ ਬਹੁਤ ਹੈ, ਆਪਕੀ ਬੇਟੀ ਰਾਜ ਕਰੇਗੀ ਰਾਜ। ਔਰ ਹਾਂ, ਮੈਂ ਦਹੇਜ ਮੈਂ ਵੀ ਵਿਸ਼ਵਾਸ ਨਹੀਂ ਕਰਤਾ। ਦਹੇਜ? ਦਹੇਜ ਤੇ ਤੂੰ ਦੇਵੇਂਗਾ ਨਾ, ਮੈਂ ਤਾਂ ਵੀ ਹਾਂ ਨਾ ਕਰਾਂ। ਓਏ ਆਪਕੀ ਹਾਂ ਕਿਸੇ ਚਾਹੀਏ? ਓਏ ਆਪਕੀ ਬੇਟੀ ਕੀ ਹਾਂ ਚਾਹੀਏ? ਓਏ ਦੇਖੋ ਦੇਖ, ਅੱਜ ਤੱਕ ਤਾਂ ਸਿਰਫ ਮੈਂ ਜ਼ੁਬਾਨ ਨਾਲ ਕੰਮ ਚਲਾ ਰਿਹਾ ਸੀਗਾ, ਹੁਣ ਮੇਰੇ ਹੱਥੋਂ ਤੇਰੀ ਬੇਇੱਜ਼ਤੀ ਵੀ ਹੋ ਸਕਦੀ ਹੈ। ਕਿਸ ਕੋ ਇੱਥੋਂ? ਟੈਡੀ ਜੀ, ਇੱਕ ਪੁਲਿਸ ਵਾਲੇ ਦਾ ਰਿਸ਼ਤਾ ਠੁਕਰਾ ਕਰ, ਆਪ ਪੂਰੀ ਪੁਲਿਸ ਫੋਰਸ ਦੀ ਬੇਇੱਜ਼ਤੀ ਕਰ ਰਹੇ ਹੈ। ਅਗਰ ਮੈਂ ਆਪਣੀ ਆਈ ਤੇ ਆ ਗਿਆ ਨਾ, ਤਾਂ ਤੁਹਾਰੇ ਪੇ ਮੈਂ 100 ਕੇਸ ਬਣਾ ਦੂੰਗਾ, ਅਦਾਲਤ ਕੇ ਚੱਕਰ ਲਗਾਤੇ ਲਗਾਤੇ ਨਾ ਤੁਹਾਰੀ ਚੁਟਕੀਆਂ ਘਰ ਜਾਏਗੀ। ਹਾਂ, ਉਹ ਫਸ ਗਏ, ਕੀ ਕਰੀਏ ਹੁਣ? ਉਹ ਜੀ, ਸਾਡੀ ਕੁੜੀ ਦਾ ਤੇ ਵਿਆਹ ਹੋ ਗਿਆ। ਡੋਲੀ ਚਲੀ ਗਈ, ਚਲੀ ਗਈ। ਜਬ ਦਿਲ ਹੀ ਟੁੱਟ ਗਿਆ ਡੈਡੀ ਜੀ, ਅਮਨ ਜੀ ਕੇ ਕਿਆ ਕਰੇ। Rahul, my son. Daddy. Hey, Rahul. Hey, Dad. Hey, dude. Tujhi sachi muchi aa gayi? What do you mean, sachi muchi aa gayi? Mera matlab, tujhi aap hi aa gaye. Beta, hor main apna assistant bhejna si. Tene pyar naal bulaya, aap hi aana si na, yaar. Thanks, Dad. Anyways, pehri pehna. What do you mean, pehri pehna? Hey, chamchagiri type gallan chhad. Sidha kam di gal te aa. Main Canada to aaya. Remember? Come on. Hey, das koi chakkar ki hai. Dad, chakkar chukkar da kuch nahi. Haan. ਬੇਟਾ, ਫਿਰ ਤੂੰ ਆਪਣੇ ਡੈਡ ਦੀ ਐਬਿਲਿਟੀਜ਼ ਨੂੰ ਜਾਣਦਾ ਨਹੀਂ। ਅੱਜ ਤੱਕ ਤੇਰੇ ਡੈਡ ਨੇ ਸਿਵਾਏ ਮੰਮੀਆਂ ਮਨਾਉਣ ਦੇ ਹੋਰ ਕੀਤਾ ਕੀ? ਜ਼ਿੰਦਗੀ ਚ ਇੱਕ ਵਾਰ ਨੂੰ ਛੱਡ ਕੇ ਕੋਈ ਐਸੀ ਮੰਮੀ ਨਹੀਂ ਜਿਹਨੂੰ ਤੇਰਾ ਡੈਡੀ ਮਨਾ ਨਾ ਸਕਦਾ। ਮੇਰੀ ਮੰਮੀ ਨਾ? ਸ਼ਾਰ ਆ, ਮੇਰੀ ਮੰਮੀ ਨਾ, ਤੇਰੀ ਮੰਮੀ ਤਾਂ ਐਵੇਂ ਗਲੇ ਪੈ ਗਈ ਸੀ, ਉਹ ਇੱਕ ਹੋ। ਐਨੀਵੇਜ਼, ਲੰਬੀ ਕਹਾਣੀ, ਫਿਰ ਕਦੇ ਦੱਸਾਂਗੇ।
You're so naughty, Dad. No, my son. ਸਾਡਾ ਨੌਟੀ ਬੰਦਾ ਦੇਖਣਾ ਸੀ ਤਾਂ ਕਿਤੇ 20 ਸਾਲ ਪਹਿਲੇ ਦੇਖਿਆ ਹੁੰਦਾ।